ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਹ ਪੰਗ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਟਕਾ ਕਿਆ ਧੋਪ ਸੁਅਮੇ ਮਾਨਸ ਕੇ ਕਤ ਇਹ ਕਿਆ ਹਮ ਕਥਿ ਕਿਛ ਕਥ ਨਹੀਂ ਜਾਣ ਪ੍ਰਭ ਭਾਵੈ ਤਿਬ ਬੁਲਾਣ ਸਾਥ ਸੰਗਤ ਕੀ ਤੁਰ ਇਕ ਮੰਗੋ ਜਨ ਨਾਨਕ ਪਇ ਉਸਰਾਨ ਅਸ ਬਨੇ ਸ੍ਰੀ ਰਵਿਦਾਸ ਜੀੋ ਕੇ ਇੱਕ ਓੰਕਾਰ ਸਤ ਗੁਰ ਪਰਸਾਦ ਮ੍ਰਿਗ ਮੀਨ ਗ਼ ਪ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ ਪੰਜ ਦੁਖ ਅਸਾਧ ਜਮੈ ਤਾਂ ਕੇ ਕਿਤਕ ਆਸ ਮਰਕ ਮੇਨ ਭ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ ਪੰਜ ਦੁਖ ਅਸਾਧ ਜਮੈ ਤਾਂ ਕੇ ਕਿਤਕ ਆਸ ਮਦੋ ਅਬ ਧਿਆ ਹਿਤ ਕੀਨ ਬਬੇਕ ਦੀਪ ਮਲੀਨ ਰਹਾ ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁਖ ਅਵਤਾਰ ਦੁਲਬ ਤਹ ਸੰਗਤ ਪੋਚ ਜੀ ਚੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨ ਚਲ ਉਪਾਏ ਅਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਦ ਕਰੋ ਨਿਧਾਨ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲ ਬੁਲਾਇਆ ਸਤਿਕਾਰ ਜੋ ਗੁਰੂ ਕੀ ਸਾਜ ਜਨਵਾਜੀ ਸਾਧ ਸੰਗਤ ਅਸੀਂ ਤੁਸੀਂ ਸਾਰੇ ਹੀ ਭਲੀ ਪ੍ਰਕਾਰ ਜਾਣਦੇ ਹਾਂ ਇਹ ਜੋ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅਤੇ ਆਪ ਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਕੇ ਮੀਡੀਆ ਦੇ ਇੱਕ ਬਾਣੀ ਚੈਨਲ ਤੇ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਤੱਕ ਭਗਤ ਰਬਦਾਸ ਜੀ ਦੇ ਪਾਵਨ ਛੇ ਸ਼ਬਦਾਂ ਦੀ ਵਿਚਾਰ ਜਿਹੜੀ ਹੈ ਉਹ ਮੁਕੰਮਲ ਹੋਈ ਹੈ ਅੱਜ 7ਵੇਂ ਸ਼ਬਦ ਦੀ ਵਾਰੀ ਹੈ ਥੋੜਾ ਜਿਹਾ ਵਿਉਰਾ ਦੇ ਦਾਂ ਸਭ ਤੋਂ ਪਹਿਲਾਂ ਸ਼ਬਦ ਸੀ ਸ੍ਰੀ ਰਾਗ ਦਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਉਸ ਤੋਂ ਬਾਅਦ ਫਿਰ ਗੌੜੀ ਰਾਗ ਦੇ ਅੰਦਰ ਪੰਜ ਸ਼ਬਦ ਸਨ ਭਗਤ ਰਬਦਾਸ ਜੀ ਦੇ ਪਹਿਲਾ ਮੇਰੀ ਸੰਗਤ ਪੋਚ ਸੋਚ ਦਿਨ ਰਾਤਿ ਮੇਰਾ ਕਰਮ ਕੁਟਿਲਤਾ ਜਨਮ ਕੁੰਬਾਤੀ ਮੋਹਿ ਨ ਬਿਸਾਰੋ ਮੈਂ ਜਨ ਤੇਰਾ ਬੇਗੰਪੁਰਾ ਸ਼ਹਿਰ ਕੋ ਨਾ ਗੌੜੀ ਰਾਗ ਦਾ ਇਹ ਦੂਜਾ ਸ਼ਬਦ ਘਟ ਅਬਕਟ ਡੁਕਰ ਕਨਾ ਇਹ ਤੀਸਰਾ ਸ਼ਬਦ ਕੂਪ ਭਰਿਓ ਜੈਸੇ ਦਾਦਰਾ ਇਹ ਚੌਥਾ ਤੇ ਸਤਜੁਗ ਸਤ ਤੇਤਾ ਜਗੇ ਦੁਆਪਰ ਪੂਜਾ ਚਾਰ ਇਹ ਗੌੜੀ ਰਾਗ ਦਾ ਜਿਹੜਾ ਪੰਜਵਾਂ ਸ਼ਬਦ ਹੈ ਕਹਿ ਤੋ ਮੁਰਾਦ ਹੁਣ ਤੱਕ ਇੱਕ ਸ੍ਰੀ ਰਾਗ ਦਾ ਤੇ ਪੰਜ ਗੌੜੀ ਰਾਗ ਦੇ 6 ਸ਼ਬਦਾਂ ਦੀ ਵਿਚਾਰ ਜਿਹੜੀ ਮੁਕੰਮਲ ਹੋਈ ਹੈ ਅੱਜ 7ਵੇਂ ਸ਼ਬਦ ਦੀ ਵਾਰੀ ਹੈ ਜੋ ਕਿ ਆਸਾ ਰਾਗ ਦੇ ਅੰਦਰ ਇਹ ਪਹਿਲਾ ਸ਼ਬਦ ਹੈ ਆਪ ਜੀ ਕਰੋ ਕਿਰਪਾਲਤਾ ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹਿਲਾ ਕਰ ਸਕਾਂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਨਾਲ ਸਾਂਝ ਪਾਉ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਦਾ ਇਹ ਪਾਵਨ ਸ਼ਬਦ ਜਿਵੇਂ ਪਹਿਲਾਂ ਬੇਨਤੀ ਕੀਤੀ ਆਸਾ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦਾ ਪਹਿਲਾ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 486 ਤੇ ਸੁਭਾਈ ਬਣ ਹੈ ਅੱਜ ਦੇ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਪਹਿਲਾਂ ਬੇਨਤੀ ਕਰਾਂ ਅੱਜ ਇਸ ਸ਼ਬਦ ਦੇ ਕੇਵਲ ਰਹਾਉ ਦੇ ਬੰਦ ਦੀ ਆਪਾਂ ਵਿਚਾਰ ਕਰਨੀ ਹੈ ਅਤੇ ਹੌਲੀਏ ਦੋ ਪੰਕਤੀਆਂ ਕੇਵਲ ਉਹਨਾਂ ਦੀ ਵਿਚਾਰ ਕਰਨ ਕਿਉਂਕਿ ਪਿਛਲੇ ਦਿਵਾਨ ਚ ਵੀ ਆਪ ਇਹਨੇ ਦੇਖਿਆ ਹੋਵੇਗਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕੇਵਰੇ ਸ਼ਬਦ ਦੀ ਵਿਚਾਰ ਨੂੰ ਸੰਪੋਚਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਾਡੀ ਮਤ ਥੋੜੀ ਹੈ ਪਰ ਗੁਰੂ ਦਾ ਗਿਆਨ ਇਤਨਾ ਵਿਸ਼ਾਲ ਹੈ ਕਿ ਉਸ ਨੂੰ ਜਦੋਂ ਸ਼ਬਦ ਦੀ ਵਿਚਾਰ ਆਪਾਂ ਕਰਦੇ ਹਾਂ ਤੇ ਉਸ ਨੂੰ ਫਿਰ ਸਮੇਟਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਕੋਸ਼ਿਸ਼ ਕਰੀਦੀ ਹੈ ਗੁਰਕਲੰਗੀ ਤਰਪਾਛ ਕਹਿੰਦੇ ਆਪੇ ਆਪਣੇ ਗੁਦ ਹਜੇਤੀ ਬਰਨਤ ਪਿੰਨ ਪਿੰਨ ਤੋਂ ਹੈ ਤੇਤੀ ਤੇ ਸੋਚਿਆ ਇਸ ਸ਼ਬਦ ਨੂੰ ਅੱਜ ਕੇਵਲ ਰਹਾਉ ਦੇ ਬੰਦ ਨੂੰ ਵਿਚਾਰਿਆ ਜਾਏ ਤਾਂ ਕਿ ਸਹਿਜ ਦੇ ਨਾਲ ਆਰਾਮ ਦੇ ਨਾਲ ਅੱਜ ਦੇ ਪਾਵਨ ਬਚਨਾਂ ਨੂੰ ਸਮਝਿਆ ਜਾ ਸਕੇ ਭਗਤ ਰਬਦਾਸ ਜੀ ਕਿਰਪਾ ਕਰਦੇ ਕਹਿੰਦੇ ਮਾਦੋ ਅਵਿਦਿਆ ਹਿਤ ਕਿਨ ਹੈ ਪ੍ਰਭੂ ਸਾਡੀ ਸੰਸਾਰਿਕ ਜੀਵਾਂ ਦੀ ਨਾ ਅਗਿਆਨਤਾ ਨਾਲ ਪ੍ਰੀਤ ਪੈ ਗਈ ਹੈ ਜਿੰਨੇ ਆਪਾਂ ਸੰਸਾਰ ਦੇ ਜੀਵ ਹਨ ਇਹ ਸੰਸਾਰ ਤੇ ਆ ਕੇ ਅਗਿਆਨਤਾ ਨਾਲ ਪਿਆਰ ਪਾ ਕੇ ਬਹਿ ਗਏ ਹੋਣਾ ਤੇ ਇਹਨਾਂ ਦੇ ਅੰਦਰ ਗਿਆਨ ਚਾਹੀਦਾ ਸੀ ਕਿਉਂਕਿ ਗਿਆਨ ਤੋਂ ਬਿਨਾ ਮਨੁੱਖ ਨੂੰ ਜੀਵਨ ਦੇ ਮਕਸਦ ਦਾ ਪਤਾ ਹੀ ਨਹੀਂ ਲੱਗ ਸਕਦਾ ਪਰ ਭਗਤ ਰਵਿਦਾਸ ਜੀ ਕਹਿੰਦੇ ਹੋਇਆ ਕਿ ਇਹ ਵਿਚਾਰੇ ਸੰਸਾਰ ਤੇ ਆ ਕੇ ਨਾ ਤੇ ਅਗਿਆਨਤਾ ਨਾਲ ਪਿਆਰ ਪਾ ਕੇ ਬਹਿ ਗਏ ਭਾਵੇਂ ਬੇਸਮਝੀ ਨਾਲ ਪਿਆਰ ਪਾ ਕੇ ਬਹਿ ਗਏ ਤੇ ਉਹਦਾ ਨਤੀਜਾ ਕੀ ਨਿਕਲਿਆ ਉਦਾਖਮਿਆਜਾ ਕੀ ਭੁਗਤਣਾ ਪਿਆ ਅਗਲੀ ਪੰਕਤੀ ਜਵਾਬ ਦਿੱਤਾ ਕਹਿੰਦੇ ਵਿਵੇਕ ਦੀਪ ਮਲੇਨ ਰਹੋ ਇਸ ਵਾਸਤੇ ਇਹਨਾਂ ਦੇ ਵਿਵੇਕ ਦਾ ਜਿਹੜਾ ਦੀਵਾ ਨਾ ਉਹ ਧੁੰਦਲਾ ਹੋ ਗਿਆ ਭਾਵ ਇਹਨਾਂ ਨੂੰ ਚੰਗੇ ਮਾੜੇ ਦੀ ਪਰਖ ਹੀ ਨਹੀਂ ਰਹੀ ਇਹਨਾਂ ਦੇ ਅੰਦਰ ਚੰਗੇ ਮਾੜੇ ਦੀ ਸਮਝ ਹੀ ਨਹੀਂ ਰਹੀ ਜਾਂ ਇਹਨਾਂ ਦੇ ਅੰਦਰ ਭਲੇ ਬੁਰੇ ਦੀ ਪਹਿਚਾਨ ਨਹੀਂ ਦੇਈ ਵਿਵੇਕ ਦਾ ਅਰਥ ਕੀ ਹੁੰਦਾ ਚੰਗੇ ਮਾੜੇ ਦੀ ਪਹਿਚਾਨ ਹੁੰਦਾ ਸ਼ਾਇਦ ਇਸੇ ਕਰਕੇ ਸਾਡੇ ਵਿਦਵਾਨ ਲੋਕਾਂ ਨੇ ਜਿਹੜੀ ਅਰਦਾਸ ਤਿਆਰ ਕੀਤੀ ਨਾ ਉਸ ਅਰਦਾਸ ਦੇ ਅੰਦਰ ਇੱਕ ਪੈਰਾ ਕਿ ਜੋ ਕੁਝ ਸਿੱਖਾਂ ਨੇ ਆਪਣੇ ਗੁਰੂ ਕੋਲੋਂ ਝੋਲੀ ਅੱਡ ਕੇ ਮੰਗਣਾ ਕਿਹੜਾ ਕਿਹੜਾ ਦਾਨ ਮੰਗਣਾ ਉਹਨਾਂ ਦਾਨਾਂ ਵਿੱਚੋਂ ਇੱਕ ਇਹ ਵੀ ਦਾਨ ਮੰਗਿਆ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਬਿਵੇਕ ਦਾ ਦਾਨ ਵੀ ਗੁਰੂ ਪਾਸੋਂ ਮੰਗਿਆ ਮਾਲਕਾ ਕਿਰਪਾ ਕਰੀ ਸਾਡੀ ਝੋਲੀ 'ਚ ਬਿਵੇਕ ਦਾ ਦਾਨ ਪਾ ਦੇ ਦੁਬਾਰਾ ਬੇਨਤੀ ਕਰਦਾਂ ਵਿਵੇਕ ਦਾ ਅਰਥ ਚੰਗੇ ਮਾਰੇ ਦੀ ਸਮਝ ਹੋ ਜਾਣਾ ਚੰਗੇ ਮਾਰੇ ਦੀ ਪਰਖ ਹੋ ਜਾਣਾ ਕਿ ਕਿਹੜਾ ਕੰਮ ਚੰਗਾ ਤੇ ਕਿਹੜਾ ਕੰਮ ਮਾੜਾ ਜਾਂ ਹੋਰ ਸੌਖਾ ਸ਼ਬਦ ਵਰਤਾਂ ਮਨਮਤ ਦਾ ਤੇ ਗੁਰਮਤ ਦਾ ਪਤਾ ਲੱਗ ਜਾਣਾ ਕਿ ਕਿਹੜੇ ਕਰਮਾਂ ਵਿੱਚ ਗੁਰਮਤ ਦਾ ਤੇ ਕਿਹੜੇ ਕਰਮਾਂ ਵਿੱਚ ਮਨਮਤ ਜਿਹੜੀ ਉਹ ਟਪਕਦੀ ਫਈ ਹੈ ਇਹਨੂੰ ਕਹਿੰਦੇ ਨੇ ਮਨੁੱਖ ਦੇ ਅੰਦਰ ਵਿਵੇਕ ਬੁੱਧ ਉੱਤਪਨ ਜਾਂ ਮਨੁੱਖ ਦੇ ਅੰਦਰ ਵਿਵੇਕ ਆ ਜਾਣਾ ਸਾਹਿਬ ਸੰਸਾਰ ਤੇ ਝਾਤ ਮਾਰ ਕੇ ਦੇਖਿਓ ਜੀ ਤੁਹਾਨੂੰ ਦੋ ਤਰ੍ਹਾਂ ਦੇ ਇਨਸਾਨ ਲੱਗਨੇ ਹਨ ਦਾਰਸ਼ਨਿਕ ਦਿਨ ਪਹਿਲਾਂ ਵੀ ਬੇਨਤੀ ਕੀਤੇ ਸੀ ਕਿ ਪਰਮਾਤਮਾ ਨੇ ਸਾਰੇ ਸੰਸਾਰ ਦੀ ਜਿਹੜੀ ਸਿਰਜਣਾ ਕੀਤੀ ਇਹ ਦੋ ਤਰਫਾ ਕੀਤੀ ਹੈ ਇੱਥੇ ਕੋਈ ਵੀ ਅਸੀ ਚੀਜ਼ ਨਹੀਂ ਜਿਹੜੀ ਇੱਕ ਤਰਫਾ ਹੋਵੇ ਜੇ ਤੁਸੀਂ ਬਾਹਰੀ ਮੌਸਮ ਨੂੰ ਲੈ ਲਓ ਸਾਰੇ ਪਾਸੇ ਧਿਆਨ ਮਾਰ ਕੇ ਦੇਖਿਓ ਤੁਸੀਂ ਜੇ ਦਿਨ ਬਣਾਏ ਪਰਮਾਤਮਾ ਨਾ ਰਾਤਾਂ ਬਣਾ ਦਿੱਤੀਆਂ ਜੇ ਚੰਦ ਨੇ ਨਾਲ ਹਨੇਰਾ ਜੇ ਸਵੇਰ ਹੈ ਨਾਲ ਸ਼ਾਮ ਕੋਈ ਵੀ ਚੀਜ਼ ਇੱਕ ਤਰਫਾ ਨਹੀਂ ਜੇ ਦੁੱਖ ਨਾ ਤੇ ਸੁੱਖ ਜੇ ਇੱਕ ਪਾਸੇ ਮਾਨ ਮਿਲਦਾ ਦੂਸਰੇ ਪਾਸੇ અપਮਾਨ ਮਿਲ ਜਾਂਦਾ ਕੋਈ ਇਸਤਤ ਕਰਦਾ ਕੋਈ ਨਿੰਦਿਆ ਕਰਦਾ ਭਾਵ ਕੋਈ ਵੀ ਚੀਜ਼ ਇੱਕ ਤਰਫਾ ਨਹੀਂ ਹੈ ਉਸ ਪਰਮਾਤਮਾ ਨੇ ਸਾਰੇ ਸੰਸਾਰ ਦੀ ਜਿਹੜੀ ਸਿਰਜਣਾ ਕੀਤੀ ਉਹ ਦੋ ਤਰਫਾ ਜੇ ਜਨਮ ਅਤੇ ਨਾਲ ਮੌਤ ਠੀਕ ਇਸੇ ਤਰ੍ਹਾਂ ਸੰਸਾਰ ਤੇ ਝਾਤ ਮਾਰਿਓ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਲੱਭਣੇ ਨੇ ਇੱਕ ਉਹ ਨੇ ਜਿਹੜੇ ਸੁਚੇਤ ਲੋਕ ਨੇ ਪਰ ਇੱਕ ਉਹ ਲੋਕ ਨੇ ਜਿਹੜੇ ਅਚੇਤਨ ਸੁਚੇਤ ਦਾ ਭਾਵ ਕੀ ਹੈ ਸੁਚੇਤ ਲੋਕ ਉਹ ਨੇ ਜਿਨ੍ਹਾਂ ਦੇ ਅੰਦਰ ਵਿਵੇਕ ਆ ਗਿਆ ਜਿਨ੍ਹਾਂ ਦੀ ਬੁੱਧੀ ਵਿਵੇਕ ਬਣ ਗਈ ਜਿਨ੍ਹਾਂ ਨੂੰ ਚੰਗੇ ਮਾੜੇ ਦੀ ਪਛਾਣ ਹੋ ਗਈ ਉਹ ਇੱਕ ਇੱਕ ਕਰਮ ਜਿਹੜਾ ਕਰਦੇ ਨੇ ਬੜਾ ਸੁਚੇਤ ਹੋ ਕੇ ਕਰਦੇ ਨੇ ਉਹਨਾਂ ਨੂੰ ਪਤਾ ਹੈ ਅੱਜ ਜੋ ਵੀ ਆਪਾਂ ਕਰਮ ਕਰਾਂਗੇ ਉਹਦਾ ਖਮਿਆਜਾ ਜਿਹੜਾ ਸਾਨੂੰ ਭੁਗਤਣਾ ਪੈਣਾ ਇਹ ਉਹਦੀ ਵਿਵੇਕ ਬੁੱਧ ਦੀ ਨਿਸ਼ਾਨੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅੱਜ ਚੰਗਾ ਕਰਮ ਕਰਾਂਗੇ ਤੇ ਚੰਗਾ ਫਲ ਮਿਲੇਗਾ ਮਾੜਾ ਕਰਮ ਕਰਾਂਗੇ ਤੇ ਉਹਦਾ ਮਾੜਾ ਫਲ ਮਿਲੇਗਾ ਉਹਨਾਂ ਨੂੰ ਇਹ ਸਮਝ ਆ ਜਾਂਦੀ ਉਹਨਾਂ ਨੂੰ ਫਿਰ ਸੁਚੇਤ ਲੋਕ ਆਖਿਆ ਜਾਂਦਾ ਸਾਸ ਜਿਹੜੇ ਹਰ ਕੰਮ ਜਿਹੜਾ ਬੜੀ ਸੁਚੇਤ ਹੋ ਕੇ ਕਰਦੇ ਨੇ ਜੀ ਲਾਪਰਵਾਹੀ ਵਿੱਚ ਨਹੀਂ ਕਰਦੇ ਇੱਕ ਦੂਸਰੇ ਲੋਕ ਨੇ ਅਚੇਤ ਲੋਕ ਜਿਹੜੇ ਬੇਸਮਝ ਲੋਕ ਨੇ ਉਹ ਕੋਈ ਵੀ ਕਰਮ ਕਰਨ ਲੱਗਿਆਂ ਵਿਵੇਕ ਦਾ ਇਸਤੇਮਾਲ ਨਹੀਂ ਕਰਦੇ ਉਹ ਕੋਈ ਵੀ ਕਰਮ ਕਰਨ ਲੱਗਿਆਂ ਜਲਦਬਾਜ਼ੀ ਚ ਕਰਮ ਕਰ ਜਾਂਦੇ ਨੇ ਉਹ ਸੋਚਦੇ ਨੇ ਕਿ ਅੱਜ ਜੋ ਮੈਂ ਕਰਮ ਕਰ ਰਿਹਾ ਹਾਂ ਕਾਲਮ ਇਹਦਾ ਮੈਨੂੰ ਖਮਿਆਜਾ ਕੀ ਭੁਗਤਣਾ ਪਏਗਾ ਸ਼ਾਇਦ ਇਸੇ ਕਰਕੇ ਮੇਰੇ ਗੁਰੂ ਪਾਤਸ਼ਾਹ ਨੇ ਇੱਕ ਪਾਵਨ ਬਚਨ ਕਹਿਣਾ ਪਾਇਗਾ ਜੀ ਮਾਰ ਕਹਿੰਦੇ ਇੱਕ ਨਾਲ ਨੂੰ ਇੱਕ ਸੋਝੀ ਆਈ ਇੱਕ ਉਹ ਲੋਕ ਨੇ ਜੀ ਜਿਨ੍ਹਾਂ ਨੂੰ ਸੋਝੀ ਆ ਗਈ ਜਿਨ੍ਹਾਂ ਤੇ ਅੰਦਰ ਵਿਵੇਕ ਆ ਗਿਆ ਜੀ ਜਿਨ੍ਹਾਂ ਨੂੰ ਸਮਝ ਆ ਗਈ ਇੱਕ ਨਾਲ ਨੂੰ ਇੱਕ ਸੋਝੀ ਆਈ ਇੱਕ ਫਿਰਦੇ ਬੇਪਰਵਾ ਇੱਕ ਉਹ ਨੇ ਜਿਹੜੇ ਬੇਪਰਵਾ ਹੋ ਕੇ ਫਿਰਦੇ ਨੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਕਿ ਕੀ ਚੰਗਾ ਤੇ ਕੀ ਮਾਰਿਆ ਪਰ ਮਾਰੇ ਕਹਿਣ ਲਗੇ ਅਮਲ ਜੇ ਕੀਤੇ ਦੁਨੀਆ ਵਿੱਚ ਸੇਦਰਗੇ ਉਗਾਹਾ ਇਹ ਗੱਲ ਯਾਦ ਰੱਖਿਓ ਜਿਹੋ ਜੇ ਅਮਲ ਇੱਥੇ ਹੋਣਗੇ ਉਹਨਾਂ ਦਾ ਨਵੇੜਾ ਅੱਗੇ ਜਾ ਕੇ ਹੋਣਾ ਚੰਗੇ ਕਰਮ ਕਰੋਗੇ ਚੰਗਾ ਫਲ ਮਿਲੇਗਾ ਮਾੜੇ ਕਰਮ ਕਰੋਗੇ ਮਾੜਾ ਫਲ ਮਿਲੇਗਾ ਪਰ ਕਿੱਥੋਂ ਸਮਝ ਆਏ ਮੈਂ ਕਹਿੰਦਾ ਇੱਥੋਂ ਤੱਕ ਭਗਤ ਕਵੀ ਸਾਹਿਬ ਨੇ ਇੱਕ ਤਰ ਲਾ ਲਿਆ ਜੀ ਦੇਖੋ ਸ਼ਰੋਮਣੀ ਭਗਤਨਾ ਰੱਬ ਵਿੱਚ ਇੱਕਮਿਕ ਹੋਏ ਭਗਤਨਾ ਜੀ ਜਿਨ੍ਹਾਂ ਦੇ ਪਾਵਨ ਬਚਨ ਪੜਦੇ ਹੋ ਅਬ ਤੋਂ ਜਾਏ ਛੱਡੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਆਰਾਮ ਕਬੀਰ ਆਇਕ ਪੇ ਹੈ ਕੋਈ ਨ ਸਕੇ ਪਛਾਨਿ ਖੈਨ ਲਗੇ ਇਤਨੀ ਉੱਚੀ ਅਵਸਥਾ ਦੇ ਮਾਲਕ ਨੇ ਭਗਤ ਕਵੀ ਸਬ ਜੀ ਇੱਥੇ ਵਸਨੇ ਕਹਿੰਦੇ ਲੋਕ ਪਰਮਾਤਮਾ ਨੂੰ ਢੂੰਡਣ ਜਾਂਦੇ ਨੇ ਉਹ ਦੁਨੀਆ ਦੇ ਲੋਕੋ ਲੇਖੋ ਨਜ਼ਾਰਾ ਰੱਬ ਮੈਨੂੰ ਢੂੰਡਣ ਆ ਗਿਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫੇਰਾ ਕਹਿਤ ਕਬੀਰ ਕਬੀਰ ਇਹਦਾ ਮਤਲਬ ਇੰਨੀ ਕ ਕਮਾਈ ਸੀ ਇੰਨੀ ਕ ਬੰਦਗੀ ਸੀ ਕਿ ਮਨ ਇੰਨਾ ਨਿਰਮਲ ਹੋ ਗਿਆ ਲੋਕ ਰੱਬ ਨੂੰ ਪਾਉਣ ਵਾਸਤੇ ਤੜਪਦੇ ਨੇ ਪਰ ਅੱਬ ਅਜ ਕਬੀਰ ਸਾਹਿਬ ਨੂੰ ਢੂੰਡਦਾ ਪਿਆ ਕਾਰਨ ਅੰਦਰੋਂ ਨੀਅਤ ਸਾਫ਼ ਹੋ ਗਈ ਜੀ ਇਸੇ ਨੂੰ ਗੁਰੂ ਪਾਚ ਨੇ ਕਿਹਾ ਨਾਨਕ ਘਰ ਬੈਠਿਆ ਸੌ ਪਾਈਐ ਜੇ ਨੀਅਤ راست ਕਰੇ ਘਰ ਬੈਠਿਆ ਤੈਨੂੰ ਰੱਬ ਮਿਲ ਜੇਗਾ ਭਰਿਆ ਜੇ ਤੇਰੀਆਂ ਨਿਜਤਾ ਸਾਫ਼ ਹੋ ਜਾਣਗੇ ਤੇਰਾ ਮਨ ਸਾਫ਼ ਹੋ ਜਾਏਗਾ ਇਹ ਸਾਰੀ ਕਮਾਈ ਜਿੰਨੀ ਆਪਾਂ ਕਾਲ ਨਾਲ ਕਾਲਦੇ ਆ ਕਾਦੇ ਵਾਸਤੇ ਕਿਤੇ ਮਨ ਦੀ ਸੁੰਦਤਾ ਹੋ ਜੇ ਕਿਤੇ ਮਨ ਸਾਡਾ ਸਾਫ ਹੋ ਜਾਏ ਅਸੀਂ ਕਈ ਵਾਰੀ ਪੁੱਛਦੇ ਹਾਂ ਕਿ ਭਾਈ ਸਾਹਿਬ ਜੀ ਅਸੀਂ ਪਾਠ ਤੇ ਕਰਦੇ ਆਂ ਪਰ ਸਾਡਾ ਮਨ ਨਹੀਂ ਲੱਗਦਾ ਅਸੀਂ ਕੀ ਕਰੀਏ ਤੇ ਦਾਸ ਬੇਨਤੀ ਕਰਦਾ ਹੁੰਦਾ ਆਪਣਾ ਕਰਮ ਕਰਦੇ ਜਾਣਾ ਤੇ ਗੁਰੂ ਅੱਗੇ ਅਰਦਾਸਾਂ ਕਰਦੇ ਜਾਣਾ ਇੱਕ ਦਿਨ ਜ਼ਰੂਰ ਅਰਦਾਸ ਨੂੰ ਫਲ ਲੱਗੇਗਾ ਜੀ ਸਾਡਾ ਕੰਮ ਹੈ ਆਪਣਾ ਕਰਮ ਕਰਨਾ ਅਸੀਂ ਬਾਣੀ ਪੜ੍ਹਨੀ ਹਾਂ ਬਾਣੀ ਵਿੱਚ ਅਗਰ ਤੇਜੀ ਬਰਤਨੇ ਪਿਆ ਉਹਨੂੰ ਆਸਤਾ ਪੜ੍ਹਨ ਦੀ ਕੋਸ਼ਿਸ਼ ਕਰੀ ਬਾਣੀ ਨੂੰ ਸਮਝ ਸਮਝ ਕੇ ਪੜਨ ਦੀ ਕੋਸ਼ਿਸ਼ ਕਰੀਏ ਅੱਗੇ ਫਿਰ ਮਨ ਲਗਾ ਦੇ ਡਿਊਟੀ ਉਹ ਮਾਲਕ ਦੀ ਆਪੇ ਕਿਰਪਾ ਕਰੇਗਾ ਜੀ ਇੱਕ ਨਾ ਇੱਕ ਦਿਨ ਜ਼ਰੂਰ ਮੰਨ ਲੱਗੇਗਾ ਪਰਦਾਸ ਨਿਮਰਤਾ ਸਤ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਇਸ ਨੂੰ ਹੰਕਾਰ ਨਾਲ ਨਾ ਤੋਲਿਓ ਇੱਕ ਦਿਨ ਸਮਾਂ ਆਏਗਾ ਜਿਵੇਂ ਜਿਵੇਂ ਬਾਣੀ ਤੁਹਾਨੂੰ ਸਮਝ ਆਣੀ ਸ਼ੁਰੂ ਹੋਗੀ ਨਾ ਇਹ ਉਦੋਂ ਤੱਕ ਮੰਨ ਨਹੀਂ ਲੱਗਦਾ ਜਦੋਂ ਤੱਕ ਬਾਣੀ ਦੀ ਸਮਝ ਨਹੀਂ ਆਂਦੀ ਜਿਵੇਂ ਜਿਵੇਂ ਬਾਣੀ ਸਮਝ ਆਣੀ ਸ਼ੁਰੂ ਹੋ ਜਾਂਦੀ ਫਿਰ ਮਨ ਇਹੋ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕੇ ਬਾਣੀ ਦੇ ਵਿੱਚੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੁੰਦਾ ਪਹਿਲਾਂ ਇਹ ਬਾਣੀ ਪੜਨ ਨੂੰ ਇਹਦਾ ਦਿਲ ਨਹੀਂ ਕਰਦਾ ਫਿਰ ਬਾਣੀ ਛੱਡਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਆਪਣੇ ਪਿਆਰੇ ਦੀ ਜਦੋਂ ਬਾਤਾਂ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਜਿਵੇਂ ਪਿਆਰੇ ਦੀਆਂ ਬਾਤਾਂ ਸਮਝ ਆਣੀਆਂ ਫਿਰ ਇਹਦਾ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਸਾਹਿਬ ਇਹਦਾ ਮਨ ਫਿਰ ਬਾਣੀ ਵਿੱਚੋਂ ਬਾਹਰ ਨਿਕਲਦਾ ਨਹੀਂ ਦਾਸ ਅਜ ਦੇ ਵਿਸ਼ੇ 'ਚ ਰਹਿ ਸਾਹਿਬ ਦੋ ਤਰ੍ਹਾਂ ਦੇ ਲੋਕ ਇੱਕ ਸੁਚੇਤ ਤੇ ਇੱਕ ਅਚੇਤ ਕਬੀਰ ਸਾਹਿਬ ਨੇ ਤੁਸੀਂ ਦੇਖੋ ਇੰਨੀ ਉੱਚੀ ਆਤਮਿਕ ਅਵਸਥਾ ਫਿਰ ਵੀ ਇੱਕ ਅਰਦਾਸ ਕੀਤੀ ਹੈ ਜੇਕਰ ਤਰਲਾ ਲਿਆ ਇਹ ਆਪਣੀ ਨਿਮਰਤਾ ਪ੍ਰਗਟ ਕੀਤੀ ਔਰ ਸਾਨੂੰ ਅਰਦਾਸ ਕਰਨੀ ਜਾ ਸਿਖਾਈ ਜੀ ਕਹਿੰਦੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੇ हे ਪਰਮਾਤਮਾ ਮੈਂ ਕੀ ਜਾਣਦਾ ਕਿ ਮੈਂ ਕਿਹੋ ਜੇ ਕਰਮ ਕਰੀ ਜਾ ਰਿਹਾ ਪਤਾ ਨਹੀਂ ਇਹ ਚੰਗੇ ਨੇ ਜਾਂ ਮਾੜੇ ਨੇ ਮੈਨੂੰ ਕੋਈ ਸਮਝ ਨਹੀਂ ਦੇਖੋ ਕਿਤਨੀ ਕਿ ਨਿਮਰਤਾ ਸਾਹਿਬ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੇ ਮੈਨੂੰ ਕੀ ਪਤਾ ਕਿ ਮੈਂ ਕਿਹੋ ਜੇ ਕਰਮ ਕਰਦਾ ਪਿਆ ਇਹ ਕਰਮ ਚੰਗੇ ਨਾ ਜਾਂ ਮਾੜੇ ਇਹਨਾਂ ਕਰਮਾਂ ਨਾਲ ਮੇਰੀ ਮਾਲਕ ਨਾਲ ਨਜ਼ਦੀਕੀ ਬਣੇਗੀ ਜਾਂ ਦੂਰੀ ਬਣ ਜਾਏਗੀ ਮੈਨੂੰ ਤੇ ਇੰਨਾ ਵੀ ਨਹੀਂ ਪਤਾ ਕਿ ਨਰੂ ਮਰੈ ਨਰ ਕਾਮ ਨਾ ਆਵੇ ਮੈਨੂੰ ਤੇ ਇੰਨੀ ਮੇਰੀ ਸੋਚੇ ਕਿ ਅਗਰ ਮਨੁੱਖ ਦੇ ਅੰਦਰੋਂ ਇਹ ਇਨਸਾਨੀਅਤ ਮਰ ਜਾਏ ਨਾ ਤੇ ਉਹ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਹਾਲਾਂਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਥੇ ਅਰਥ ਕੀਤੇ ਨੇ ਕਿ ਜਦੋਂ ਬੰਦਾ ਮਰ ਜਾਂਦਾ ਉਹਦਾ ਸਰੀਰ ਕਿਸੇ ਕੰਮ ਦਾ ਨਹੀਂ ਪਰ ਜੇ ਪਸ਼ੂ ਮਰ ਜਾਂਦਾ ਉਹਦਾ ਸਰੀਰ ਬਾਦ ਵਿੱਚ ਕੰਮ ਆ ਜਾਂਦਾ ਅਸੀਂ ਕਿਸੇ ਦੇ ਅਰਥ ਦਾ ਖੰਡਨ ਨਹੀਂ ਕਰਦੇ ਮੇਰੀ ਸ਼ੁਰੂ ਤੋਂ ਲੈ ਕੇ ਸੋਚ ਰਹੀ ਹੈ ਕਿਉਂਕਿ ਕਿਸੇ ਚੀਜ਼ ਦਾ ਦਾਵਾ ਨਹੀਂ ਪੇਸ਼ ਕਰਨਾ ਜੋ ਸਾਨੂੰ ਸਮਝਾਈ ਆਪਾਂ ਉਹ ਗੱਲ ਕਰਦੇ ਨੇ ਕਵੀ ਸਾਹਿਬ ਕਹਿੰਦੇ ਨਰੂ ਮਰਿਆ ਨਰ ਕਾਮਨਾ ਆਵੇ ਕਹਿੰਦੇ ਕਿਸੇ ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਗਈ ਉਹ ਬੰਦਾ ਕਿਸੇ ਕੰਮ ਨਹੀਂ ਆਂਦਾ ਪਸ਼ੂ ਮਰਿਆ ਦਸ ਕਾ ਜਵਾਰ ਪਰ ਜਦੋਂ ਜਿਸ ਮਨੁੱਖ ਦੇ ਅੰਦਰੋਂ ਪਸ਼ੂ ਭਿਰਤੀ ਮਰ ਜਾਂਦੀ ਹੈ ਨਾ ਉਹ ਆਪਣੇ ਤੇ ਕਾਜ ਸਵਾਰਦਾ ਹੋਰ ਲੋਕਾਂ ਦੇ ਵੀ ਦਸ ਕਾਜ ਸਵਾਰ ਲੈਂਦਾ ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਨੂ ਮੈਂ ਕਿਹਾ ਜਾਨੂ ਬਾਬਾ ਪਤਾ ਹੀ ਨਹੀਂ ਕਿ ਇੱਕ ਦਿਨ ਸਮਾਂ ਆਣਾ ਹਾਰਡ ਜਲੇ ਜੈਸੇ ਲੱਕੜੀ ਕਾਤੂਲਾ ਕੇਸ ਜਲੇ ਜੈਸੇ ਕਾਸ ਕਾਪੂਲਾ ਖਿਆਨ ਲੱਗ ਇੱਕ ਦਿਨ ਸਮਾਂ ਆਣਾ ਜੀ ਇਹ ਅੱਡ ਇਵੇਂ ਸੜਨੇ ਨਾ ਜਿਵੇਂ ਕਿਤੇ ਲੱਕੜਾਂ ਦੀ ਪੰਡ ਹੋਵੇ ਕੇਸ ਇਸ ਤਰ੍ਹਾਂ ਸੜਨੇ ਨਾ ਜਿਵੇਂ ਘਾਹ ਦੀ ਕੋਈ ਘਾਹ ਦਾ ਕੋਈ ਪੂਲਾ ਹੋਵੇ ਕਿਉਂਕਿ ਪਤਾ ਹੀ ਨਹੀਂ ਮੈਂ ਤਲਾਪਰ ਬਾਈ ਤੇ ਇਹੋ ਜੇ ਕਰਮ ਕਰਦਾ ਜਾ ਰਿਹਾ ਮੈਨੂੰ ਤੇ ਚੇਤਾ ਨਹੀਂ ਆਉਂਦਾ ਕਿ ਮੇਰਾ ਇਹੋ ਜਿਹਾ ਹਾਲ ਵੀ ਹੋ ਰਿਹਾ ਕਬੀਰ ਸਾਹਿਬ ਨੇ ਕੋ ਬਚਨ ਆਖਿਆ ਜੀ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਕਿਸੇ ਬਲਦੀ ਹੋਈ ਚਿੱਖਾ ਨੂੰ ਵੇਖਿਆ ਆਪਣੇ ਆਪ ਨੂੰ ਮੁਖਾਤਬ ਕਰਕੇ ਕਹਿ ਦਿੱਤਾ ਮਨਾ ਇੱਕ ਦਿਨ ਤੇਰਾ ਵੀ ਇਹੀ ਹਾਲ ਹੋਣਾ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੇ ਲੱਗੈ ਕਬੀਰ ਸਾਹਿਬ ਕਹਿੰਦੇ ਇਹ ਬੰਦਾ ਸਾਰੀ ਉਮਰ ਨਹੀਂ ਜਾਗਦਾ ਪਰ ਉਦੋਂ ਜਾਗਦਾ ਜਦੋਂ ਇਹਦੇ ਸੱਚ ਵਿੱਚ ਸਿਰ ਦੇ ਵਿੱਚ ਡੰਡਾ ਵੱਜਦਾ ਜਦੋਂ ਇਹਦਾ ਅੰਤ ਵੇਲਾ ਆ ਜਾਂਦਾ ਫਰ ਉਸ ਮੁਕੇ ਪਛਤਾਣ ਦਾ ਲਭ ਕੋਈ ਨਹੀਂ ਹੁੰਦਾ ਇਸੇ ਇੱਕ ਵਾਸਤੇ ਕਵੀ ਸਾਹਿਬ ਕਹਿੰਦੇ ਆਰਾਮ ਸਿਮਰ ਪਛਤਾਏਗਾ ਮਨ ਪਾਪੀ ਜਿਹੜਾ ਲੋਭ ਕਰਤ ਹੈ ਅੱਜਕੱਲ ਉੱਠ ਜਾਏਗਾ ਕਹਿਣ ਤੋਂ ਮਰਾਦ ਇੱਕ ਉਹ ਲੋਕ ਨੇ ਜਿਹੜੇ ਸੁਚੇਤ ਹੋ ਕੇ ਵਿਚਰਦੇ ਨੇ ਜਿਨ੍ਹਾਂ ਕੋਲ ਵਿਵੇਕ ਆ ਗਿਆ ਜਿਨ੍ਹਾਂ ਦੀ ਬੁੱਧੀ 'ਚ ਵਿਵੇਕ ਆ ਗਿਆ ਇੱਕ ਉਹ ਲੋਕ ਨੇ ਜਿਹੜੇ ਅਚੇਤ ਹੋ ਕੇ ਵਿਚਰਦੇ ਨੇ ਲਾਪਰਵਾਹੀ ਵਿੱਚ ਵਿਚਰਦੇ ਨੇ ਗਫਲਤਾ ਵਿੱਚ ਵਿਚਰਦੇ ਨੇ ਅੱਜ ਇਹੀ ਗੱਲ ਭਗਤ ਰਵਿਦਾਸ ਜੀ ਕਹਿ ਰਹੇ ਨੇ ਦੁਬਾਰਾ ਵਚਨ ਕਹਿ ਦਿਆਂ ਮਾਦੋ ਅਗਿਆਹਿਤ ਕਿਨ हे ਪ੍ਰਭੂ ਇਹ ਸੰਸਾਰ ਦੇ ਜੀਵ ਜਿਹੜੇ ਨੇ ਇਹ ਅਗਿਆਨਤਾ ਨਾਲ ਪਿਆਰ ਪਾ ਬੈਠੇ ਨੇ ਹੋਣਾ ਤੇ ਗਿਆਨ ਚਾਹੀਦਾ ਸੀ ਪਰ ਅਗਿਆਨਤਾ ਨਾਲ ਬੇਸਮਝੇ ਨਾਲ ਪਿਆਰ ਪਾ ਕੇ ਵਹਿ ਗਏ ਨੇ ਜਿਹਦਾ ਨਤੀਜਾ ਇਹ ਨਿਕਲਦਾ ਪਿਆ ਕਿ ਵਿਵੇਕ ਦੀਪ ਮਲੀਨ ਇਹਨਾਂ ਦੇ ਵਿਵੇਕ ਦਾ ਦੀਵਾ ਜਰਾ ਧੁੰਦਲਾ ਹੋ ਗਿਆ ਪਬ ਇਹਨਾਂ ਨੂੰ ਚੰਗੇ ਮਾੜੇ ਦੀ ਪਹਿਚਾਨ ਹੀ ਨਹੀਂ ਰਹੀ ਇਹਨਾਂ ਨੂੰ ਭਲੇ-bure ਦਾ ਪਤਾ ਹੀ ਕੋਈ ਨਹੀਂ ਬਸ ਗਾਫਲਤਾ ਵਿੱਚ ਕਰਮ ਕਰਦੇ ਜਾ ਰਹੇ ਤੇ ਫਿਰ ਉਹ ਬਾਬਾ ਫਰੀਦ ਦਾ ਕੋਈ ਬਚਨ ਚ ਇੱਥੇ ਆਂਦਣ ਸਾਰੀ ਉਮਰ ਤੇ ਮਾੜੇ ਕਰਮ ਕਰਦਾ ਤੇ ਫਿਰ ਕਹਿੰਦਾ ਇਹਦਾ ਫਲ ਚੰਗਾ ਮਿਲ ਜਾ ਕਿੰਨਾ ਪੈਰਾਸਿਕ ਲੋਕ ਹੈ ਬੜੀ ਵੱਡ ਆਪ ਇਹਨਾਂ ਸਾਂਝਾ ਕੀਤਾ ਜੀ ਫਰੀਦਾ ਲੋੜਿਆ ਦਾਖ ਬਿਜੁਰੀਆਂ ਕਿੱਕਰ ਬਿਜਿਆ ਜੱਟ ਖੈਨ ਲੱਗੇ ਪਹਿਲਾਂ ਤੇ ਬੀਜ ਕਿੱਕਰ ਦਾ ਬਿਜਿਆ ਤੇ ਹੁਣ ਕਹਿੰਦਾ ਕਿ ਕਿੱਕਰ ਨੂੰ ਅੰਗੂਰ ਲੱਗ ਜਾਣ ਕਿਵੇਂ ਹੋ ਜਾ ਜੇ ਕਹਣ ਲੱਗੇ ਜਿਹੋ ਜਿਹੇ ਬੀਜ ਬੋਇਆ ਫ਼ਲ ਉਹ ਜਿਹਾ ਵੜਨਾ ਪੈਣਾ ਫਰੀਦਾ ਲੋੜਿਆ ਦਾਖ ਬਿਜੁਰੀਆਂ ਕਿਕਰ ਵਿਜਾ ਜੱਟ ਹੰਟੇ ਉਨਕਤੈ ਦਾ ਪੈਦਾ ਲੋੜਿਆ ਪਟ ਸਾਰੀ ਉਮਰ ਉਨਕਤਦਿਆ ਨਿਕਲ ਗਈ ਪਰ ਹੁਣ ਕਹਿੰਦਾ ਕਿਤੇ ਮੈਨੂੰ ਰੇਸ਼ਮ ਪਾਣ ਨੂੰ ਮਿਲ ਜੇ ਇਹ ਕਿਵੇਂ ਹੋਵੇਗਾ ਇਸੇ ਕਰਕੇ ਮਾਰੇ ਕੰਦੇ ਅਰਦਾਸ ਕਰਿਆ ਕਰ ਬਵੇਕ ਦਾ ਦਾਨ ਮੰਗਿਆ ਕਰ ਤੇਰੀ ਬੁੱਧ ਵਿੱਚ ਬਵੇਕ ਆ ਜਾਏ ਤੈਨੂੰ ਚੰਗੇ ਮਾਰੇ ਦੀ ਪਹਿਚਾਨ ਹੋ ਜਾਏ ਤਾਂ ਕਿ ਤੂੰ ਕਿਤੇ ਮਾਰੇ ਕਰਮ ਕਰ ਤੂੰ ਡਰ ਜਾ ਸਲੋਕ ਸਾਸਕ੍ਰਿਤ ਦੇ ਅੰਦਰ ਇੱਕ ਵਚਨ ਆਂਦਾ ਨਾ ਮੈਂ ਬਿਲੰਬ ਧਰਮਕ ਬਿਲੰਬ ਪਾਪੰਗ ਕਹਿੰਦੇ ਕਿ ਧਰਮ ਕਮਾਂ ਦੀ ਵਾਰੀ ਆਏ ਨਾ ਸਜਣਾ ਤੇ ਦੇਰੀ ਨਾ ਕਰੀ ਕਿਤੇ ਮੌਕਾ ਨਾ ਖੁੰਝ ਜਾਏ ਤੇ ਜੇ ਪਾਪ ਕਰਨ ਦਾ ਫੁਰਨਾ ਉੱਠੇ ਤੇ ਉਹਦੇ ਵਿੱਚ ਦੇਰੀ ਪਾਈ ਮਤਾਂ ਕਿਤੇ ਤੂੰ ਪਾਪ ਕਰਨ ਤੋਂ ਬਚ ਜਾ ਸੋ ਅੱਜ ਭਗਤ ਰਵਦਾਸ ਤੇ ਕੇਵਲ ਅਰਹਾਉ ਤੇ ਬੰਦਾ ਦੀ ਵਿਚਾਰ ਕਰਨਾ ਪਿਆ ਬਵੇਕ ਬੁੱਧੀ ਕੀ ਹੈ ਸੰਸਾਰ ਤੇ ਬੜੇ ਚੰਗੇ ਲੋਕ ਲੱਭਨੇ ਬੜੇ ਮਾਰੇ ਲੋਕ ਵੀ ਲੱਭਨੇ ਇੱਕ ਜASE ਲੋਕ ਨਹੀਂ ਲੱਭਨੇ ਇਹਨਾਂ ਚੀਜ਼ਾਂ ਦੀ ਕਦੇ ਪਰਵਾਹ ਨਹੀਂ ਕਰਨੀ ਇੱਕ ਸਾਖੀ ਮੈਂ ਕੋਟ ਕਰਨਾ ਚਾਹਨਾ ਤੇ ਫਿਰ ਨਾਲ ਅੱਜ ਦੇ ਵਿਸ਼ੇ ਦੀ ਸਮਾਪਤੀ ਕਰਾਂਗੇ ਸਾਸ ਜੀ ਭਾਈ ਮਰਦਾਨਾ ਇੱਕ ਦਿਨ ਕਹਿੰਦਾ ਬਾਬੇ ਨਾਨਕ ਨੂੰ ਕਹਿੰਦਾ ਬਾਬਾ ਇੱਕ ਗੱਲ ਸਮਝ ਨਹੀਂ ਆਈ ਕਹਿੰਦੇ ਕਿ ਕਹਿੰਦੇ ਕਿਤੇ ਜਾਣਿਆ ਆਪਾਂ ਤੇ ਲੋਕ ਸਾਡੇ ਗਲਾਂ 'ਚ ਫੁੱਲਾਂ ਦੇ ਹਾਰ ਪਾਉਂਦੇ ਨੇ ਸਾਡੇ ਆਉ ਭਗਤ ਕਰਦੇ ਨੇ ਸਾਡੇ ਉੱਤੇ ਫੁੱਲ ਛਿੜਕਦੇ ਨੇ ਇੰਨਾ ਪਿਆਰ ਦਿੰਦੇ ਨੇ ਸਾਨੂੰ ਤਲੀਆਂ ਤੇ ਚੁੱਕ ਲੈਂਦੇ ਨੇ ਮੁੱਕਦੀ ਗੱਲ ਇੰਨਾ ਪਿਆਰ ਸਾਨੂੰ ਦਿੰਦੇ ਨੇ ਸਾਡਾ ਮਿਲਨ ਕਰਕੇ ਸਾਡੇ ਦਰਸ਼ਨ ਕਰਨ ਕਰਕੇ ਉਹਨਾਂ ਦੀਆਂ ਅੱਖਾਂ ਵਿੱਚ ਯੌਂਦੀਆਂ ਇੰਨੀ ਆਉ ਭਗਤ ਕਰਦੇ ਪਰ ਕਿਤੇ ਕਿਤੇ ਜਾਣਿਆ ਸਾਨੂੰ ਲੋਕ ਬੈਠਣ ਵਾਸਤੇ ਜਗ੍ਹਾ ਤੱਕ ਨਹੀਂ ਦਿੰਦੇ ਸਾਡੀ ਰੱਜ ਕੇ ਨਰਾਤਰੀ ਕਰਦੇ ਸਾਨੂੰ ਬੋਲ ਕਬੂਲ ਵੀ ਬੋਲ ਜਾਂਦੇ ਨੇ ਮਹਲਕਾ ਇਹ ਕੀ ਮਾਜਰਾ ਹੈ ਬੰਦੇ ਤਾਂ ਆਪਾਂ ਉਹੀ ਹਾਂ ਪਰ ਕਿਤੇ ਜਾਣਿਆ ਸਾਡਾ ਬਹੁਤ ਸਤਕਾਰ ਹੁੰਦਾ ਹੈ ਤੇ ਕਿਤੇ ਜਾਣੇ ਸਾਡਾ ਬਹੁਤ ਨਰਾਦਰ ਹੁੰਦਾ ਇਹਦਾ ਕਾਰਨ ਕੀ ਧੰਗ ਗੁਰੂ ਨਾਨਕ ਦੇਵ ਜੀ ਪਾਛੇ ਕਹਿੰਦੇ ਬੇਮਰਦਾਨੇ ਆ ਕੋਈ ਗੱਲ ਨਹੀਂ ਸਮਾਂ ਆਏਗਾ ਉਹਦਾ ਜਵਾਬ ਤੁਹਾਨੂੰ ਦੇਵਾਂਗੇ ਜ਼ਰੂਰ ਦੇਵਾਂਗੇ ਸਵਾਲ ਤੋਂ ਬਹੁਤ ਵਧੀਆ ਜਿਹੜਾ ਉਪਚਾਰ ਸਮਾਂ ਆਇਆ ਧੰਗ ਗੁਰੂ ਨਾਨਕ ਦੇਵ ਪਾਛੇ ਦੁਨੀਆ ਨੂੰ ਤਾਰ ਦੇ ਤਾਰ ਦੇਣ ਪਟਲੀਪੁੱਤਰ ਪੁੱਜੇ ਜਿਸ ਨੂੰ ਅੱਜ ਕੱਲ ਆਪਾਂ ਪਟਨਾ ਸਾਹਿਬ ਦੀ ਧਰਤੀ ਕਹਿੰਦੇ ਹਾਂ ਜਿੱਥੇ ਗੁਰਕਲਗੀ ਧਰ ਪਾਛੇ ਦਾ ਪਾਵਨ ਪ੍ਰਕਾਸ਼ ਹੋਇਆ ਸਾਸ ਗੁਰੂ ਨਾਨਕ ਦੇਵ ਪਾਤਸ਼ਾਹ थे ਪਟਨਾ ਸਾਹਿਬ ਦੀ ਧਰਤੀ ਤੇ ਪੁੱਜੇ ਨੇ ਭਾਈ ਮਰਦਾਨਾ ਕਹਿੰਦਾ ਬਾਬਾ ਭੁੱਖ ਲੱਗੀ ਹੈ ਕੋਈ ਲੰਗਰ ਦਾ ਇੰਤਜ਼ਾਮ ਕੀਤਾ ਜਾਏ ਮੇਰੇ ਗੁਰੂ ਨਾਨਕ ਨੇ ਆਪਣੀ ਜੇਬ ਚੋਂ ਇੱਕ ਲਾਲ ਕੱਢਿਆ ਸਾਸ ਜੀ ਬੜੀ ਵਾਰ ਤੁਸੀਂ ਇਸ ਆਖੀ ਸਰਵਨ ਕੀਤੀ ਹੋਵੇਗੀ ਇਸ ਸਾਖੀ ਤੋਂ ਸਮਝ ਆ ਜਾਏਗੀ ਕਿ ਇੱਕ ਉਹ ਲੋਕ ਨੇ ਜਿਹੜੇ ਸੁਚੇਤਨ ਜਾਗਰੂਕ ਨੇ ਜਿਨ੍ਹਾਂ ਦੇ ਅੰਦਰ ਵਿਵੇਕ ਬੁੱਧ ਹੈ ਇੱਕ ਉਹ ਲੋਕ ਨੇ ਜਿਹੜੇ ਬੇਸਮਝੀ ਵਿੱਚ ਅਚੇਤ ਪੁਨੇ ਵਿੱਚ ਆਪਣੇ ਜੀਵਨ ਦੀਆਂ ਘੜੀਆਂ ਗੁਜ਼ਾਰਦੇ ਬਿਨ ਸਾਸਨ ਭਾਈ ਮਰਦਾਨਾ ਗੁਰਨਾਨਕ ਪਾਤਸ਼ਾਹ ਕੋਲ ਇੱਕ ਲਾਲ ਲੈ ਕੇ ਗਿਆ ਜੀ ਬਾਜ਼ਾਰ ਵਿੱਚ ਇੱਕ ਦੁਕਾਨ ਤੇ ਜਾਂਦਾ ਕਿਰਿਆਨੇ ਦੀ ਉਹ ਲਾਲ ਨੂੰ ਦੇਖਦਾ ਤੇ ਕੁਝ ਇੱਕ ਰਾਸ਼ਨ ਲਗਾ ਲੋ ਉਹਦੇ ਬਦਲੇ ਦਿੰਦਾ ਭਾਈ ਮਰਦਾਨਾ ਅੱਗੇ ਚੱਲ ਜਾਂਦਾ ਕਿਸੇ ਸਬਜ਼ੀ ਦੁਕਾਨ ਤੇ ਚੱਲ ਜਾਂਦਾ ਉਹ ਥੋੜੀ ਬੋਤੀ ਸਬਜ਼ੀ ਦੇਣੀ ਕਰਦਾ ਭਾਈ ਮਰਦਾਨਾ ਹੋਰ ਅੱਗੇ ਜਾਂਦਾ ਕੁਝ ਕਿ ਦੁਕਾਨਾਂ ਤੇ ਫਿਰਦਾ ਫਿਰਾਂਦਾ ਨਾ ਭਾਈ ਮਰਦਾਨਾ ਅੱਗੇ ਪੁੱਜਿਆ ਜੀ ਸਾਲਸਰਾਏ ਜੋਰੀ ਦੀ ਦੁਕਾਨ ਤੇ ਸਾਸੀ ਉਹਨਾਂ ਲਾਲ ਦੀ ਕੀਮਤ ਕਿੰਨ ਪਾਣੀ ਸੀ ਜਿਹਨੂੰ ਲਾਲ ਬਾਰੇ ਪਤਾ ਹੋਵੇਗਾ ਜਿਹਨੂੰ ਲਾਲ ਬਾਰੇ ਸੋਝੀ ਹੋਏਗੀ ਉਹ ਸਾਲਸਰਾਏ ਜੋਰੀ ਕੋਲ ਪੁੱਜ ਜਾਤੇ ਉਹਦੇ ਅੱਗੇ ਲਾਲ ਰੱਖਿਆ ਕਹਿੰਨ ਲਗੇ ਸੱਜਣਾ ਇਹ ਲਾਲ ਮੈਂ ਵੇਚਣ ਵਾਸਤੇ ਆਇਆ ਸਾਲਸਰਾਏ ਜੋਰੀ ਨੂੰ ਉਸ ਲਾਲ ਦੀ ਪਹਿਚਾਨ ਸੀ ਉਹਨ ਲਾਲ ਦੇਖਿਆ ਤੇ ਭਾਈ ਮਰਦਾਨ ਨੂੰ ਕਹਿੰਦਾ ਬੇਮਰਦਾਨਿਆ ਸੱਜਣਾ ਇਹ ਲਾਲ ਦੀ ਕੀਮਤ ਕੋਈ ਵੀ ਅਦਾ ਨਹੀਂ ਕਰ ਸਕਦਾ ਮੈਂ ਸਾਰੀ ਇਹ ਦੁਕਾਨ ਵੇਚ ਦਿਆਂ ਸਾਰੀ ਰਾਸ ਪੂੰਜੀ ਇੱਕ ਪਾਸੇ ਰੱਖ ਦਿਆਂ ਤੇ ਇੱਕ ਪਾਸੇ ਇਹ ਲਾਲ ਤਾਂ ਵੀ ਇਸ ਲਾਲ ਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ ਪਰ ਸਾਡੀ ਇੱਕ ਜੋਰੀ ਲੋਕਾਂ ਦੀ ਇੱਕ ਮਰਿਆਦਾ ਹੈ ਸਾਡੀ ਇੱਕ ਮੰਨਤ ਹੈ ਕਿ ਅਸੀਂ ਜੇ ਨਾਲ ਲਾਲ ਨੂੰ ਖਰੀਦ ਸਕੀਏ ਤੇ ਉਸ ਲਾਲ ਦੇ ਦਰਸ਼ਨਾ ਦੀ ਭੇਟਾ ਜ਼ਰੂਰ ਰੱਖਦੇ ਗੋਤ ਕਰਿਓ ਉਹ ਜਦੋਂ ਭਾਈ ਮਰਦਾਨਾ ਲਾਲ ਰੱਖਿਆ ਤੇ ਉਹਨਾਂ ਫਿਰ 100 ਰੁਪਿਆ ਕੱਢਿਆ ਉਸ ਮੋਕੇ ਤੇ ਉਸ ਲਾਲ ਦੇ ਦਰਸ਼ਨਾ ਦੀ ਭੇਟਾ ਅੱਗੇ ਰੱਖ ਦਿੱਤੀ ਆਖਿਆ ਮੈਂ ਖਰੀਦ ਨਹੀਂ ਸਕਦਾ ਪਰ ਇਹਦੇ ਦਰਸ਼ਨਾ ਦੀ ਭੇਟਾ ਜ਼ਰੂਰ ਲੈ ਜਾ ਭਾਈ ਮਰਦਾਨਾ ਲਾਲ ਚੁੱਕਿਆ ਤੇ 100 ਰੁਪਿਆ ਲਿਆ ਤੇ ਵਾਪਸ ਤੁਰਿਆ ਗੁਰਨਾਨਕ ਪਾਤਸ਼ਾਹ ਦੇ ਚਰਨਾਂ 'ਚ ਪੁੱਜਾ ਮੇਰਾ ਗੁਰਨਾਨਕ ਪਾਤਸ਼ਾਹ ਪੁੱਛਦਾ ਬੇ ਮਰਦਾਨਿਆ ਬੇਚ ਆਇਆ ਲਾਲ ਕਦਾ ਬਾਬਾ ਕੀ ਲਾਲ ਵੇਚਣਾ ਸੀ ਇੱਥੇ ਤਾਂ ਹੋਰ ਹੀ ਸਵਾਲ ਖੜੇ ਹੋ ਗਏ ਕਹਿੰਦੇ ਕੀ ਹੋਇਆ ਕਹਿੰਦੇ ਇਹ ਜਿਹੜਾ ਲਾਲ ਤੁਸੀਂ ਦਿੱਤਾ ਬੜੀਆਂ ਦੁਕਾਨਾਂ 'ਤ ਗਿਆ ਕਈਆਂ ਨੇ ਤੇ ਇਹਦੀ ਪੱਥਰ ਜਿਨੀ ਕੀਮਤ ਵੀ ਨਹੀਂ ਪਾਈ ਕੇ ਨਾ ਇਹਦਾ ਕੋਈ ਮੁੱਲ ਹੀ ਨਹੀਂ ਅਦਾ ਕੀਤਾ ਕਈਆਂ ਨੇ ਥੋੜੀ ਬਹੁਤੀ ਕੀਮਤ ਪਾਈ ਪਰ ਇੱਕ ਸਾਸਰੇ ਜੋਰੀ ਕੋਲ ਗਿਆ ਮੈਂ ਉਹਨੂੰ ਮੈਂ ਲਾਲ ਜਦੂ ਦੱਸਿਆ ਤੇ ਉਹ ਕਹਿੰਦਾ ਇਹਦੀ ਕੀਮਤ ਅਦਾ ਹੀ ਨਹੀਂ ਕੀਤੀ ਜਾ ਸਕਦੀ ਇਹਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਸੱਜਣਾ ਇਹਦੀ ਭੇਟਾ ਜਰੂਰ ਮੈਂ ਦੇ ਸਕਣਾ ਤੇ ਉਸਨੇ ਲਖਰੀਦਿਆ ਤੇ ਨੇ ਕਹਿੰਦਾ ਮੇਰੀ ਔਕਾਤ ਨਹੀਂ ਕਿ ਮਿਸ ਲਾਲ ਨੂੰ ਖਰੀਦ ਸਕਾਂ ਪਰ ਇਹਦੀ ਭੇਟਾ ਜਰੂਰ ਥੋੜੀ ਬਹੁਤੀ ਦੇ ਸਕਣਾ ਦਰਸ਼ਨ ਭੇਟ ਇਹ 100 ਰੁਪਏ ਉਸਨੇ ਦਿੱਤਾ ਭਾਈ ਮਰਦਾਨੇ ਨੂੰ ਮੇਰੇ ਗੁਰਨਾਨਕ ਪਾਚ ਨਾ ਕਿਆ ਬੇਮਰਦਾਨੇ ਆ ਮੈਂ ਤੈਨੂੰ ਵਪਾਰ ਕਰਨ ਵਾਸਤੇ ਨਹੀਂ ਸੀ ਭੇਜਿਆ ਬਸ ਇਹੀ ਗੱਲ ਸਮਝਾਉਣ ਵਾਸਤੇ ਭੇਜਿਆ ਸੀ ਦੇਖ ਇੱਕ ਲਾਲ ਲੈ ਕੇ ਤੂੰ ਗਿਆ ਸੀ ਕਿੰਨੇ ਲੋਕ ਤੈਨੂੰ ਮਿਲੇ ਗਈਆਂ ਨੂੰ ਇਹ ਲਾਲ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਕੋਈ ਸੋਝੀ ਨਹੀਂ ਸੀ ਪਰ ਜਿਹੜਾ ਸੋਜੀ ਵਾਲਾ ਸੱਜਣ ਮਿਲਿਆ ਉਹ ਕਹਿੰਦਾ ਮੇਰੀ ਔਕਾਤ ਨਹੀਂ ਕਿ ਮੈਂ ਇਸ ਲਾਲ ਨੂੰ ਖਰੀਦ ਸਕਾਂ ਠੀਕ ਬੇਮਰਦਾਨਿਆਂ ਇਹ ਕੀਰਤਨ ਰੂਪੀ ਲਾਲ ਦੀ ਵੀ ਸਾਰਿਆਂ ਨੂੰ ਸਮਝ ਨਹੀਂ ਆ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਆ ਗਈ ਉਹ ਸਾਡੀ ਕਦਰ ਨਹੀਂ ਕਰਦੇ ਇਹ ਜਿਹੜਾ ਤੁਰਬਾਬ ਜਾਣਦਾ ਤੇ ਮੈਂ ਸ਼ਬਦ ਪੜਦਾ ਨਾ ਉਹ ਸ਼ਬਦ ਦੀ ਕਦਰ ਕਰਦੇ ਨਹੀਂ ਔਰ ਅਪ ਦੇ ਨਾਮ ਦੀ ਕਦਰ ਕਰਦੇ ਉਹ ਬਾਣੀ ਦੀ ਕਦਰ ਕਰਦੇ ਨੇ ਬੇਮਰਦਾਨਿਆਂ ਇਸ ਸੰਸਾਰ ਤੇ ਇਹ ਦੋ ਤਰ੍ਹਾਂ ਦੇ ਲੋਕ ਤੈਨੂੰ ਲੱਭਨੇ ਨੇ ਜਿਨ੍ਹਾਂ ਨੂੰ ਸਮਝ ਆ ਗਈ ਤੇ ਉਹਨਾਂ ਨੇ ਬਾਣੀ ਦੀ ਕਦਰ ਕਰਨੀ ਆ ਉਹਨਾਂ ਬਾਣੀ ਦਾ ਆਦਰ ਕਰਨਾ ਪਰ ਜਿਨ੍ਹਾਂ ਨੂੰ ਸਮਝ ਨਾ ਆਈ ਤੇ ਉਹਨਾਂ ਤੇ ਵਿਚਾਰਿਆ ਨੇ ਇਹ ਕੁਝ ਕਰਨਾ ਹੀ ਹੈ ਨਾ ਕਿਉਂਕਿ ਬੇਸਮਝੀ ਵਿੱਚ ਸਭ ਕੁਝ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਵੀ ਇਹ ਵਚਨ ਆਖੇ ਜੀ ਕਵੀ ਸਾਬ ਕਹਿੰਦੇ ਲੋਕ ਜਾਣਨਾ ਇਹ ਗੀਤ ਹੈ ਇਹ ਤਾਂ ਬ੍ਰह्म ਵਿਚਾਰ ਕਈਆਂ ਨੇ ਇਸ ਬਾਣੀ ਨੂੰ ਗੀਤ ਹੀ ਆਖਿਆ ਜੀ ਆਖਿਆ ਕੀ ਹੈ ਅਦੇ ਅੰਦਰ ਕੁਝ ਵੀ ਨਹੀਂ ਹੈ ਕਿਉਂ ਕਿਉਂਕਿ ਸਮਝ ਨਹੀਂ ਰਹਾ ਪਰ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਕਹਿ ਦਿੱਤਾ ਭਲਿਓ ਇਹ ਗੀਤ ਨਹੀਂ ਇਹ ਤਾਂ ਪਰਮਾਤਮਾ ਦੀਆਂ ਗੱਲਾਂ ਨੇ ਜਦੋਂ ਕੋਈ ਬਾਣੀ ਪੜ੍ਹਦਾ ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਮੈਂ ਪਰਮਾਤਮਾ ਨਾਲ ਗੱਲਾਂ ਕਰਨਾ ਪਿਆ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਇਹੀ ਤਾਂ ਸਾਨੂੰ ਸਿੱਖਿਆ ਦਿੱਤੀ ਸਾਧ ਸੰਗਤ ਕਹਿੰਦੇ ਕਿ ਭਲਿਓ ਇਸ ਸੰਸਾਰ ਤੇ ਜੀਵ ਵਿਚਾਰੇ ਆ ਗਏ ਨਾ ਤੇ ਅਗਿਆਨਤਾ ਨਾਲ ਪਿਆਰ ਪਾ ਕੇ ਬਹਿ ਗਏ ਜੀ ਅਗਿਆਨਤਾ ਵਿੱਚ ਫਸ ਗਏ ਪਾਵਨ ਬਚਨ ਪੜਿਏ ਤੇ ਸਮਾਪਤ ਕੀਏ ਭਗਤ ਰਵਿਦਾਸ ਕਹਿੰਦੇ ਮਾਦੋ ਅਭਿਦਿਆ ਹਿੱਤ ਕੇ ਪ੍ਰਭੂ ਇਸ ਸੰਸਾਰ ਕੀ ਜੀਵ ਸੰਸਾਰ ਤੇ ਆ ਕੇ ਤੇ ਅਗਿਆਨਤਾ ਨਾਲ ਪਿਆਰ ਪਾ ਕੇ ਬਹਿ ਗਏ ਬੇਸਮਝੇ ਨਾਲ ਪਿਆਰ ਪਾ ਕੇ ਬਹਿ ਗਏ ਜਿਹਦਾ ਨਤੀਜਾ ਇਹ ਨਿਕਲਿਆ ਕਿ ਵਿਵੇਕ ਦੀਪ ਮਲੀਨ ਰਹਾ ਇਸ ਵਾਸਤੇ ਇਹਨਾਂ ਦੇ ਵਿਵੇਕ ਦਾ ਦੀਵਾ ਜਿਹੜਾ ਨਾ ਉਹ ਧੁੰਦਲਾ ਹੋ ਗਿਆ ਇਹਨਾਂ ਨੂੰ ਚੰਗੇ ਮਾੜੇ ਦੀ ਪਹਿਚਾਨ ਨਾ ਰਹੀ ਇਹਨਾਂ ਨੂੰ ਭਲੇ ਬੁਰੇ ਦੀ ਕੋਈ ਸੋਝੀ ਨਾ ਰਹੀ ਉਹ ਸੋਝੀ ਮਿਲ ਨੂੰ ਕਿੱਥੇ ਆ ਇੱਕ ਪੰਕਤੀ ਕਹਿ ਕੇ ਸਾਸਨ ਤੇ ਮੈਂ ਫਤੇ ਬਲਾਮਾ ਧੰਗੁਰੂ ਨਾਨਕ ਦੇਵ ਪਾਤਸ਼ਾਹ ਦਾ ਰਗ ਸੂਹੀ ਦੇ ਅੰਦਰ ਇੱਕ ਸ਼ਬਦ ਹੈ ਜੀ ਗੁਰਦੁਆਰਾ ਹੋਏ ਸੋਝੀ ਪਾਇਸੀ ਇਤ ਦੁਆਰਾ ਧੋਏ ਹੱਸ਼ਾ ਹੋਏ ਸੀ ਅਗਲਾ ਵਚਨ ਕੀ ਮੈਲੇ ਹੱਸ਼ੇ ਕਾ ਵਿਚਾਰ ਆਪ ਵਰਤਾਏ ਸੀ ਜਦੋਂ ਕੋਈ ਗੁਰੂ ਦਾ ਸਿੱਖ ਗੁਰਦੁਆਰੇ ਜਾਣਾ ਸ਼ੁਰੂ ਕਰਦਾ ਹੈ ਗੁਰੂ ਕੀ ਸੰਗਤ ਕਰਦਾ ਉੱਥੇ ਫਿਰ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਇਸੀ ਗੁਰੂ ਫਿਰ ਸਿਰ ਤੇ ਹੱਥ ਰੱਖ ਕੇ ਇਹ ਵਿਵੇਕ ਬੁੱਧੀ ਦਿੰਦਾ ਤੇ ਮਨੁੱਖ ਨੂੰ ਚੰਗੇ ਮਾਰੇ ਦੀ ਪਹਿਚਾਨ ਆ ਜਾਂਦੀ ਹੈ ਲੋ ਫਿਰ ਕੱਲ ਦੇ ਦਿਵਾਨ ਚ ਆਪਾਂ ਇਹ ਸ਼ਬਦ ਹੈ ਜੋ ਬਾਕੀ ਪੰਕਤੀਆਂ ਉਹਨਾਂ ਦੀ ਵਿਚਾਰ ਕਰਨ ਦਾ ਨਿਮਾਨਾ ਜਾਂ ਯਤਨ ਕਰਾਂਗੇ ਆ ਸ਼ਬਦ ਦਾ ਕੇਵਲ ਧੁਰਾ ਦੇਖਿਆ ਸਾਸ ਸ਼ਬਦ ਦਾ ਕੇਂਦਰੀ ਭਾਵ ਜਿਹੜਾ ਦੋ ਕੁ ਪੰਕਤੀਆਂ ਦੇ ਸੰਖੇਪ ਜਿਹੇ ਤਰੀਕੇ ਨਾਲ ਆਪਾਂ ਵਿਚਾਰ ਸਾਂਝੀ ਕੀਤੀ ਹੈ ਕੱਲ ਨੂੰ ਫਿਰ ਸਮੁੱਚੇ ਸ਼ਬਦ ਦੇ ਆਪਾਂ ਦਰਸ਼ਨ ਕਰਾਂਗੇ ਜੋ ਮਾਲਕ ਨੇ ਕਿਰਪਾ ਕੀਤੀ ਜਿਵੇਂ ਜਿਵੇਂ ਸੇਵਾ ਮਾਲਕ ਨੇ ਲਈ ਉਵੇਂ ਉਵੇਂ ਆਪਾਂ ਸੇਵਾ ਕਰਦੇ ਜਾਾਂਗੇ ਜਿੰਨੇ ਕਿ ਵਿਚਾਰ ਕੱਲ ਹੋ سکے ਅਗਰ ਕੱਲ ਮੁਕੰਮਲ ਹੋ ਗਈ ਠੀਕ ਹੈ ਨਹੀਂ ਤੇ ਪਰਸੋਂ ਆਪਾਂ ਇਸ ਸ਼ਬਦ ਦੀ ਵਿਚਾਰ ਜਿਹੜੀ ਉਹ ਮੁਕੰਮਲ ਕਰਾਂਗੇ ਇਤਨੇਕ ਬੇਨਤੀਆਂ ਪ੍ਰਵਾਨ ਬਿਆੰਤ ਪੁੱਲਾ ਹੋ ਜਾਂਦੀ ਨੇ ਫਤਿਹ ਬਿਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ